ਅੱਜ ਪੂਰੇ ਭਾਰਤ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬੱਕਰਾ ਈਦ ਮਨਾਈ ਜਾ ਰਹੀ ਹੈ ਅਤੇ ਇਸ ਮੌਕੇ ਦੇ ਉੱਤੇ ਅੰਮ੍ਰਿਤਸਰ ਹਾਲ ਬਾਜ਼ਾਰ ਮਸਜਿਦ ਦੇ ਵਿੱਚ ਅੰਮ੍ਰਿਤਸਰ ਦੇ MP ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਜਿਹੜੀਆਂ ਕਿ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜਿਹੜੀਆਂ ਨੇ ਬੱਕਰਾ ਈਦ ਦੀਆਂ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਗਈਆਂ ਅਤੇ ਜਿਹੜਾ ਭਾਈਚਾਰਾ ਆਪਸ ਦੇ ਵਿੱਚ ਕਾਇਮ ਰੱਖਣ ਦੀ ਅਪੀਲ ਵੀ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਅਤੇ ਇਸ ਬੱਕਰਾ ਈਦ ਦੇ ਮੌਕੇ MP ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ MLA ਅਜੇ ਗੁਪਤਾ ਵੀ ਜਿਹੜੇ ਨੇ ਗਲੇ ਲੱਗਦੇ ਦਿਖਾਈ ਦਿੱਤੇ ਅਤੇ ਉਹਨਾਂ ਦੇ ਵੱਲੋਂ ਜਿਹੜੀਆਂ ਨੇ ਬਹੁਤ ਬਹੁਤ ਮੁਬਾਰਕਾਂ ਇਸ ਬੱਕਰਾ ਈਦ ਦੀਆਂ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਗਈਆਂ ਨੇ ਅਤੇ MP ਗੁਰਜੀਤ ਔਜਲਾ ਨੇ ਜਿਹੜਾ ਕਿ ਉੱਥੇ ਮਸਜਿਦ ਵਿੱਚ ਪਹੁੰਚੇ ਹੋਏ ਜਿੰਨੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ਕਿ ਉਹਨਾਂ ਨੇ ਜਿਹੜਾ ਉਹਨਾਂ ਨੂੰ ਤੀਜੀ ਵਾਰ ਅੰਮ੍ਰਿਤਸਰ ਦਾ ਸਾਂਸਦ ਚੁਣਿਆ। ਇਸ ਮੌਕੇ ਦੇ ਉੱਤੇ ਜਿਹੜਾ ਕਿ ਉਹਨਾਂ ਨੇ ਮੁਸਲਿਮ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਕਰਾ ਈਦ ਜਿਹੜਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾ ਰਿਹਾ। ਅੱਜ ਦੀ ਇਸ ਈਦ ਦੇ ਮੁਬਾਰਕ ਮੌਕੇ 'ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ ਪ੍ਰੇਮ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉੱਤਮ ਤਿਉਹਾਰ ਨੂੰ ਮਨਾਈਏ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਜਨੀਤੀ ਹੈ ਉਹ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਔਰ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਜਿਹੜਾ ਇਸ ਮਹਾਨ ਤਿਉਹਾਰ ਨੂੰ ਮਨਾਈਏ। ਔਰ ਮੈਂ ਅੱਜ ਦੇ ਇਸ ਬਕਰੀਦ ਜਿਹੜੀ ਕਿ ਬੱਕਰਾ ਈਦ ਕਹਿੰਦੇ ਆ ਇਸ ਮੌਕੇ 'ਤੇ ਮੈਂ ਪੂਰੇ ਹਿੰਦੁਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਧੰਨਵਾਦ। ਅੱਜ ਈਦ ਦੇ ਸ਼ੁਭ ਦਿਹਾੜੇ ਦੇ ਉੱਤੇ ਜਿਹੜੀ ਸਾਡੀ ਸ਼ਾਹੀ ਮਸਜਿਦ ਹੈ ਔਲ ਗੇਟ ਉੱਥੇ ਪਹੁੰਚੇ ਹੈ, ਉੱਥੇ ਜਿੱਥੇ ਈਦ ਦੀ ਵਧਾਈ ਦਿੱਤੀ ਹੈ ਉੱਥੇ ਸਭਨਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ ਕਿ ਪਰਮਾਤਮਾ ਨੇ ਜਿਹੜਾ ਤੀਸਰੀ ਵਾਰ ਉੱਥੇ ਮੈਂਬਰ ਪਾਰਲੀਮੈਂਟ ਬਣਾਇਆ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਔਰ ਇਹ ਜਿਹੜੇ ਤਿਉਹਾਰ ਹੁੰਦੇ ਨੇ ਸਾਡੇ ਸਭਨਾਂ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹਰ ਵਾਰ ਮਨਾਉਂਦੇ ਹਾਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਖੁਦਾ ਸਾਨੂੰ ਤਾਕਤ ਬਖਸ਼ੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਹਮੇਸ਼ਾ ਹੀ ਖੁਦਾ ਦਾ ਜੀਵਨ ਸਾਡੇ ਤੋਂ ਬਣਿਆ ਰਹੇ। ਸੋ ਮੈਂ ਅੱਜ ਈਦ ਦੇ ਮੌਕੇ ਦੀ ਸਭਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਭਨਾ ਸਮੁਦਾਇ ਨੂੰ ਖਾਸ ਕਰ ਸਾਡੇ ਇਸ ਭਾਈਚਾਰੇ ਦੇ ਸਮੁਦਾਇ ਨੂੰ ਜਿੱਥੇ ਵੀ ਵੱਸਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਮੈਂ ਬਹੁਤ ਬਹੁਤ ਵਧਾਈ ਦਿੰਦਾ। ਖੁਦਾ ਦੇ ਕੇ ਇਹੀ ਬੇਨਤੀ ਹੈ ਕਿ ਖੁਦਾ ਸਭਨਾਂ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਕਰੇ। ਮੇਰਾ ਨਾਮ ਮੁਹੰਮਦ ਯੂਸਫ ਮਲਿਕ ਹੈ, ਪੰਜਾਬ ਹਜ ਕਮੇਟੀ ਮੈਂਬਰ। ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ MLA ਸਾਹਿਬ ਡਾਕਟਰ ਸਾਹਿਬ ਆਏ ਨੇ, ਇੰਦਰ ਭਾਅ ਜੀ ਆਏ ਨੇ, ਹੋਰ ਵੀ ਜਿਹੜੇ ਨੇਤਾਗਣ ਆਏ ਨੇ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਇਹ ਈਦ ਉਲ ਅਜ਼ਹਾ ਦਾ ਜਿਹੜਾ ਨਮਾਜ਼ ਅੱਜ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਦਾ ਕੀਤੀ ਗਈ ਹੈ ਹਾਮਿਦ ਹੁਸੈਨ ਕਾਸਮੀ ਦੀ ਰਹਿਨੁਮਾਈ ਦੇ ਵਿੱਚ। ਇਹ ਨਮਾਜ਼ ਜਿਹੜੀ ਹੈ ਪੂਰੇ ਆਲ ਵਰਲਡ ਦੇ ਵਿੱਚ ਮਨਾਈ ਜਾਂਦੀ ਹੈ ਔਰ ਇਹਦਾ ਮਹੱਤਵ ਇਹ ਹੈ ਵੀ ਹੱਜ ਦੇ ਵਿੱਚ ਜਿਹੜੇ 70,000 ਹਾਜੀ ਜਿਹੜੇ ਸਾਡੇ ਗਏ ਨੇ ਸਾਊਦੀ ਅਰਬ ਦੇ ਵਿੱਚ, ਉਹ ਹਾਜੀ ਵੀ ਉੱਥੇ ਜਾ ਕੇ ਆਪਣਾ ਕੋਈ ਕੁਰਬਾਨੀ ਕਰਦਾ, ਕੋਈ ਈਦ ਦੀ ਨਮਾਜ਼ ਉੱਥੇ ਹੱਜ ਕਰਨ ਵਾਸਤੇ ਜਾਂਦੇ ਨੇ। ਇਹ ਬਹੁਤ ਹੀ ਵਧੀਆ ਸੰਦੇਸ਼ ਜਾਂਦਾ ਕਿ ਸਾਡਾ ਭਾਈਚਾਰਾ, ਹਿੰਦੂ ਭਾਈਚਾਰਾ, ਮੁਸਲਮਾਨ ਭਾਈਚਾਰਾ, ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਇੱਥੇ ਆ ਕੇ ਮਨਾਉਂਦੇ ਨੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਵੀ ਸਾਡੇ ਪੰਜਾਬ ਦੀ ਦੇਸ਼ ਦੀ ਉੱਨਤੀ ਵਾਸਤੇ ਸਾਡੇ ਦੇਸ਼ ਵਾਸੀ ਜਿਹੜੇ ਉੱਥੇ ਗਏ ਨੇ ਸਾਊਦੀ ਅਰਬ ਦੇ ਵਿੱਚ ਮੱਕਾ ਮੁਕਵਰਾ ਦੇ ਵਿੱਚ, ਉਹ ਵੀ ਸਾਡੇ ਵਾਸਤੇ ਦੁਆਵਾਂ ਕਰਨ ਗਏ ਨੇ।
ਇਸ ਤਰ੍ਹਾਂ ਹੀ ਆਪਾਂ ਧੰਨਵਾਦ ਕਰਦੇ ਹਾਂ। ਪੈਗੰਬਰ ਇਬਰਾਹਿਮ ਅਲੈਹਿਸ ਸਲਾਮ ਸੇ ਬੇਟੇ ਕੀ ਕੁਰਬਾਨੀ ਮੰਗੀ ਗਈ ਥੀ, ਉਸੀ ਕੀ ਯਾਦ ਮੇਂ ਹਮ ਆਪਣੇ ਜਾਨਵਰ ਕੋ ਕੁਰਬਾਨੀ ਕਰਦੇ ਹੈਂ। گوشت کوئی بیسک نہیں ہے، اس کے اندر ہے کہ اپنی خاص چیز کو قربان کرنا، خدا کی راہ میں قربان کرنا، اس لیے بقرعید کا تہوار منایا جاتا ہے۔ آج جامع مسجد خیر الدین میں مل جل کر کے عید کی نماز ادا کی گئی ہے اور اس کے بعد دعا کی گئی ہے، پورے ملک کی امن بھائی چارگی کی دعا کی گئی ہے۔ دیش ودیش میں یہی سندیش ہے کہ سبھی لوگ مل جل کر کے رہیں، اور جس طریقے سے ہمارا ملک کے اندر سبھی دھرموں کے لوگ رہتے ہیں، عیسائی ہو، کرسچینٹی ہو، ہندو بھائی ہوں، سکھ بھائی ہوں، تو یہاں پر ہر دھرم کے، ہر کاسٹ کے، ہر کریڈ کے لوگ رہتے ہیں، سبھی لوگ مل جل کر کے رہتے ہیں۔ ایسا ملک کہیں نہیں ملتا ہے جس کی، جو ہمارا ملک ہے وہ ایک سمویدھان پر ہے، وہ اس کا اسٹرکچر سیکولر ہے، تو ہمیں اس کو فالو کرنا چاہیے اور مل جل کر کے رہنا چاہیے۔ میرا نام محمد نور اللہ ہے، امرتسر سے بات کر رہا ہوں، یہاں پر نماز بقرعید کی نماز پڑھنے آیا تھا، بہت اچھا لگا۔ ویسے بقرعید جو عید ہوتی ہے وہ اسپیشلٹی ہوتی ہے ہمارے مسلمان کی، تو ہم عید مناتے ہیں، وہ اسپیشلٹی یہ ہے کہ ہم اس دن ہم سیکریفائس کرتے ہیں، اس یاد میں ہم اس عید کو بناتے ہیں، تو سارے مسلمان عید کا نماز پڑھ کے پھر گھر جا کر اپنے بال کٹواتے ہیں، ناخن کٹواتے ہیں، پھر بکری کاٹ کر پھر سب کو بانٹتے ہیں۔ یہ ہماری عیدگاہ کا یہ اسپیشل ہوتا ہے، سال میں ایک بار آتی ہے عید۔ بس اتنا سندیش میں دینا چاہتا ہوں کہ جو بھی ہے سارے مسلمان خوشی سے اچھی طرح تہوار منائیں اور اچھی طرح سے خدا کی یاد کریں، اور جو بھی ہمارا جو اسلامی لکھا ہے اس کو فالو کریں بس۔